ਮੰਗਿਆ ਤਾਂ ਕੋਈ ਚੰਗੇ ਕਰਮ ਕਰੇ ਤੀ ਜਿਹੜਾ ਟਿੱਸੀ ਵਾਲਾ ਵੀਰ ਤੇਰੀ ਚੋਲੀ 'ਚ ਗਿਰਿਆ ਨਹੀਂ ਤਾਂ ਸਾਲੇ ਤੈਨੂੰ ਕੋਈ ਖੋਤੇ ਨਹੀਂ ਦਿੰਦਾ ਸੀ ਇਹਦੇ ਮਾਂ ਬਾਪ ਵੀ ਚੰਗੇ ਤੀ ਜਿਹਨਾਂ ਹੀਰੇ ਵਰਗੀ ਕੁੜੀ ਤੈਨੂੰ ਦਿੱਤੀ ਇਹ ਕੀ ਦੇਖਦੇ ਹੋ ਜਿੰਦਰ ਆਪਣੀ ਕਿਸਮਤ ਦੇਖਦਾ ਕਿਸਮਤ ਦੇਖਦੇ ਹੋ ਜਾਂ ਕੁਛ ਹੋਰ ਨਜ਼ਰਾਂ ਤਾਂ ਤੁਹਾਡੀ ਕਿਤੇ ਹੋਰ ਹੀ ਘੁੰਮ ਰਹੀਆਂ ਨੇ ਚਲੋ ਝੂਠੇ ਜੇ ਨਾ ਹੋਣ ਤਾਂ ਓਹੋ ਹਟਦੇ ਨਹੀਂ ਹੈਗੇ ਸ਼ਰਾਰਤਾਂ ਤੋਂ ਜੇ ਕੋਈ ਆ ਗਿਆ ਫੇਰ ਆ ਜਾਂਦੇ ਮੈਂ ਕਿਹੜਾ ਕੱਢ ਕੇ ਲਿਆਇਆ ਤੈਨੂੰ ਵਿਆਹ ਕੇ ਲਿਆਇਆ ਉਹ ਪਤਾ ਹੈ ਬਾਬਾ ਤੁਸੀਂ ਮੈਨੂੰ ਵਿਆਹ ਕੇ ਲੈ ਕੇ ਆਏ ਹੋ ਸਵੇਰੇ ਸਵੇਰੇ ਐਵੇਂ ਹੀ ਪੰਗੇ ਲਈ ਜਾਂਦੇ ਹੋ ਹਟਦੇ ਨਹੀਂ ਹੈਗੇ ਮੈਨੂੰ ਕੰਮ ਕਿੰਨੇ ਨੇ ਤੁਸੀਂ ਤਾਂ ਵਿਹਲੇ ਹੋ ਭਾਬੀ ਉਹ ਭਾਬੀ ਆ ਦੁੱਧ ਲਿਆ ਛੇਤੀ ਮੈਂ ਰੇਸ਼ ਲਾਉਣ ਜਾਣਾ ਵਿਹਲੇ ਹੁਣ ਨਹੀਂ ਆ ਦਿਓਰਾ ਲਵੋ ਪੰਗੇ ਲਵੋ ਹੁਣ ਖੜ ਕਾਹਤੋਂ ਗਏ ਲੋਕ ਕਰੋ ਸ਼ਰਾਰਤਾਂ ਉਹ ਤੇਰੀ ਦੀ ਕੋਈ ਨਾ ਫਿਰ ਦੇਖੋ ਤੈਨੂੰ ਬੱਲੀ ਨੇ ਵੀ ਸਾਲੇ ਨੇ ਹੁਣੇ ਆਉਣਾ ਸੀ ਵੇਲੇ ਦਿਓਰਾ ਦੁੱਧ ਤਾਂ ਮੈਂ ਕਦੋਂ ਦਾ ਗਰਮ ਕਰਕੇ ਰੱਖਿਆ ਹੋਇਆ ਸੀ ਭਾਬੀ ਹਾਂ ਇੱਕ ਗੱਲ ਕਹਾਂ ਜਿੱਦੇ ਦੀ ਤੂੰ ਇਸ ਘਰ 'ਚ ਆਈ ਆ ਨਾ ਇਹ ਘਰ ਘਰ ਲੱਗਣ ਲੱਗਾ ਨਹੀਂ ਤਾਂ ਉਰੇ ਕਬੂਤਰ ਬੋਲਦੇ ਸੀ ਸੱਚ ਕਹਿੰਦੇ ਨੇ ਸਿਆਣੇ ਔਰਤ ਬਿਨਾਂ ਘਰ ਘਰ ਨਹੀਂ ਹੁੰਦਾ ਡੰਗਰਾਂ ਦਾ ਵਾੜਾ ਜ਼ਿਆਦਾ ਲੱਗਦਾ ਚੱਲ ਚੱਲ ਮੱਖਣ ਨਾ ਲਾ ਬਹੁਤਾ ਇੱਕਾ ਤੇਰਾ ਵੀਰ ਉਹ ਨਹੀਂ ਜਾਣ ਛੱਡਦਾ ਮੇਰੀ ਤੜਕੇ ਆਥਣੇ ਕੁਛ ਨਾ ਕੁਛ ਬੋਲਦਾ ਹੀ ਰਹਿੰਦਾ ਉਹ ਭਾਬੀ ਹੁਣ ਤਾਂ ਉਹਦੀ ਚਾਬੀ ਤੇਰੇ ਹੱਥ ਆ ਜਿੰਨੀ ਮਰਜ਼ੀ ਮਰੋੜ ਦੇ ਉਹ ਤਾਂ ਚਾਬੀ ਵਾਲੇ ਬਾਂਦਰ ਵਾਂਗੂ ਨਾ ਜਿੰਨਾ ਕਹੇਗੀ ਓਨਾ ਹੀ ਨੱਚੀ ਜਾਊਗਾ ਉਹੀ ਲੱਗਦਾ ਤੈਨੂੰ ਹਾਂ ਜਦ ਗੱਲ ਪੈਂਦਾ ਫੇਰ ਵੇਖਿਆ ਕਰ ਉਹ ਭਾਬੀ ਹਾਂ ਇੱਕ ਗੱਲ ਕਹਾਂ ਹਾਂ ਤੇਰੀ ਆਪਣੀ ਸਕੀ ਭੈਣ ਤਾਂ ਕੋਈ ਹੈ ਹੀ ਨਹੀਂ ਕੋਈ ਚਾਚੇ ਤਾਏ ਦੀ ਕੁੜੀ ਤਾਂ ਹੋਣੀ ਚਲਾ ਲਾ ਗੱਲ ਮੇਰੇ ਵਾਸਤੇ ਟਾਈਮ ਜਿਹਾ ਕੱਢ ਕੇ ਮੈਂ ਵੀ ਖਾ ਲਾਂ ਚਾਰ ਦਿਨ ਚੋਪੜੀਆਂ ਘਰ ਵਾਲੀ ਦੀਆਂ ਦੇਖ ਲੂੰਗੀ ਪਹਿਲਾਂ ਗੱਭਰੂ ਤਾਂ ਹੋ ਜਾ ਲੈ ਭਾਬੀ ਗੱਭਰੂ ਤਾਂ ਮੈਂ ਕਿਤੇ ਦਾ ਹੋਇਆ ਤਹੀ ਨਹੀਂ ਨਿਗਾ ਮਾਰੀ ਚੱਜ ਨਾਲ ਕਦੇ ਹੈ ਚੱਲ ਚੰਗਾ ਹਾਂ ਮੈਂ ਚੱਲਦਾ ਠੀਕ ਹੈ ਤੂੰ ਮੇਰੀ ਗੱਲ ਤੇ ਗੌਰ ਕਰੀ ਅੱਛਾ ਬਾਬਾ ਕਹਿ ਤਾਂ ਦਿੱਤਾ ਹੁਣ ਜਾ ਜਾ ਹੁਣ ਕਮਲਾ ਜਿਹਾ ਕੀ ਹੈ ਜੀ ਹਟਦੇ ਨੀ ਤੁਸੀਂ ਮੈਂ ਨੀ ਹਟਦਾ ਉਹ ਹੁਣ ਤਾਂ ਬੱਲੀ ਵੀ ਚਲਾ ਗਿਆ ਹੁਣ ਤਾਂ ਨੀ ਆਉਂਦਾ ਕੋਈ ਦੇਖੀ ਕੰਮ ਕਰ ਲੈਣ ਦੋ ਸਾਰਾ ਪਿਆ ਕੰਮ ਜਾਓ ਤੁਸੀਂ ਖੇਤਾਂ ਵੱਲ ਜਾਓ ਮੈਸਾਂ ਦਾ ਕੱਖ ਕੰਡਾ ਲੈ ਕੇ ਆਓ ਜੇ ਤੁਸੀਂ ਘਰੇ ਰਹੋਗੇ ਨਾ ਤੁਸੀਂ ਟਿਕਣਾ ਨਹੀਂ ਹੈਗਾ ਸੱਚੀ ਯਾਰ ਦਿਲ ਨਹੀਂ ਭਰਦਾ ਮੇਰਾ ਜੀ ਕਰਦਾ ਤੇ ਤੂੰ ਇੱਕ ਪਲ ਵੀ ਦੂਰ ਨਾ ਹੋਵਾਂ ਜਿੰਦਰ ਜਦ ਤੂੰ ਮੇਰੇ ਕੋਲ ਹੁੰਦੀ ਹੈ ਨਾ ਤਾਂ ਹਜ਼ਾਰਾਂ ਮਲਮ ਜਗ ਜਾਂਦੇ ਨੇ ਚਾਰੇ ਪਾਸੇ ਜਗਮਗ ਚਕਮਗ ਹੋ ਜਾਂਦੀ ਆ ਮੇਰਾ ਜੀ ਕਰਦਾ ਨਾ ਇਸ ਖੁਸ਼ੀ ਦੇ ਮੌਕੇ ਰੱਜ ਰੱਜ ਕੇ ਪੜਾਕੇ ਚਲਾਵਾਂ ਆ ਪੜਾਕਿਆਂ ਵਾਲੀ ਗੱਲ ਮੈਨੂੰ ਨਹੀਂ ਚੰਗੀ ਲੱਗੀ ਉਹ ਫਿਰ ਕੁਛ ਹੋਰ ਚਲਾ ਲੈਂਦੇ ਹਾਂ ਬਿਨਾਂ ਚਲਾਏ ਨਹੀਂ ਸਰਦਾ ਤੁਹਾਡਾ ਨਾ ਜੇ ਸਰਦਾ ਹੁੰਦਾ ਫਿਰ ਇੰਨੇ ਹਾੜੇ ਕਦੋਂ ਕੱਢਦਾ ਚੱਲ ਫਿਰ ਤੈਨੂੰ ਤਾਰਿਆਂ ਦੀ ਸ਼ੇਅਰ ਕਰਾਵਾਂ ਮੈਂ ਨਹੀਂ ਕਰਨੀ ਮੈਂ ਧਰਤੀ 'ਤੇ ਹੀ ਠੀਕ ਹਾਂ ਉਹ ਦਲਜੀਤ ਆ ਗਈ ਜਾਓ ਤੁਸੀਂ ਜਾਓ ਆਈ ਭੈਣੇ ਆਈ ਇਹ ਦਲਜੀਤ ਫੇਰ ਆ ਗਈ ਇਹ ਮੰਗਦੀ ਕੀ ਆ ਨੀ ਜਿੰਦਰੇ ਘਰੇ ਹੀ ਆ ਭੈਣੇ ਹਾਂ ਆ ਜਾ ਭੈਣੇ ਘਰੇ ਹੀ ਆ ਆ ਜਾ ਨੀ ਅੰਦਰ ਹੀ ਬੜੀ ਰਹਿੰਦੀ ਆ ਕਿਤੇ ਬਾਹਰ ਵੀ ਨਿਕਲ ਲਿਆ ਕਰ ਕੀ ਕਰਾਂ ਭੈਣੇ ਕੰਮ ਧੰਦੇ ਨੀ ਸਾਹ ਲੈਣ ਦਿੰਦੇ ਮੈਨੂੰ ਨੀ ਕੰਮ ਧੰਦੇ ਕਿ ਆਹ ਮੰਗੀ ਬਾਈ ਨੀ ਸਾਹ ਲੈਣ ਦਿੰਦਾ ਤੈਨੂੰ ਤੂੰ ਵੀ ਨਾ ਦਲਜੀਤ ਕੁਛ ਵੀ ਬੋਲ ਦਿੰਦੀ ਹੈ ਐਵੇਂ ਤਾਂ ਫਿਰ ਤੈਨੂੰ ਸੁੱਖਾ ਭਾਜੀ ਵੀ ਨਹੀਂ ਸਾਹ ਲੈਣ ਦਿੰਦੇ ਹੋਣੇ ਨੀ ਉਹਦੀ ਕੀ ਗੱਲ ਕਰਦੀ ਆ ਨੀ ਉਹ ਤਾਂ ਬੈੜਕਾ ਬੈੜਕਾ ਨੀ ਉਹ ਵੀ ਪੂਸ ਰਿਹਾ ਹੋਇਆ ਨੀ ਲਿਆ ਮੈਨੂੰ ਸਬਜ਼ੀ ਦੀ ਕੌਲੀ ਦੇ ਜੇ ਬਣਾਈ ਹੈ ਤਾਂ ਨੀ ਲੈ ਜੀ ਬਹਿ ਤਾ ਜਾ ਬਿੰਦ ਨੀ ਦਲਜੀਤ
मैं सुनिया रोटी दी बहू फड़ी गई करोड़ी दे नाल सौदा पत्ता लेंदी लेंदी होर ही चन चढ़ा बैठी सारे पिंड च गल उड़ी पई है ओदी तां हां नी काणू पिछों गल तां कुछ होर ही आ करोड़ी दे पैसे देने ती इन्हां ने बाबा सारे नी उनू कहंदी लाला मैं आ जा करूं बेले क वेले हट ते तू पैसे ना मंगी नी बस फिर अन्ना की पाले दो अखां नी करोड़ी दी तां लॉटरी लग गई नी जद हुण फड़े गए नी हुण कहंदी करोड़ी ने धक्का कीता नी बोली चतर तीवियां भैणे पुछना जय खाने आदि किवें हल्की हुई है हां रोडू नी हैगा किसे काम दा लो ਕਾਨੂੰ ਖੇ ਖਾਵੇ ਬਾਹਰ ਰੋ ਫਿਰ ਚੰਦਰੀ ਨਸਲ ਜੀ ਨਾ ਹੋਵੇ ਤਾਂ ਬੰਦਿਆਂ ਦਾ ਕੀ ਜਾਂਦਾ ਹੈ ਹੋ ਗਈ ਨਾ ਹੁਣ ਬਦਨਾਮੀ ਹੁਣ ਨੀ ਨਿਕਲਦੀ ਘਰੋਂ ਬਾਹਰੋਂ ਸ਼ਰਮ ਦੇ ਮਾਰੇ ਆ ਨੀ ਇਹੋ ਜੀ ਲੁੱਚੜ ਨੂੰ ਕੀ ਚੜੀ ਦੀ ਕੀ ਲੱਥੀ ਦੀ ਜਿੰਦਰੇ ਤੜਕੇ ਜਾਂਦੀ ਸੀ ਖਸਮ ਨਾਲ ਸ਼ਹਿਰ ਨੂੰ ਨੀ ਇਹੋ ਜਿਹਾ ਉਹ ਚੰਦਰਾ ਝੁੱਟੂ ਜਾ ਸੀ ਨੀ ਸਾਡੇ ਵਾਲਾ ਹੁੰਦਾ ਫੜ ਕੇ ਗੁੱਤ ਨੂੰ ਬਟਾ ਦੇ ਲੈਂਦਾ ਮੇਰੇ ਪਿਓ ਦੀ ਰੰਨ ਨੂੰ ਥੱਲੇ ਦੇ ਲੈਂਦਾ ਗੋਡਿਆਂ ਦੇ ਨੀ ਕੀ ਜ਼ਮਾਨਾ ਆ ਗਿਆ ਹੁਣ ਤਾਂ ਭੈਣੇ ਤੀਮੀਆਂ ਦਾ ਤਾਂ ਜਮਾ ਹੀ ਸਰਿਆ ਪਿਆ ਨਹੀਂ ਹੋਰ ਨਹੀਂ ਲਿਆ ਸਬਜ਼ੀ ਪਾ ਭੈਣੇ ਆਪਾਂ ਕੀ ਲੈਣਾ ਨਹੀਂ ਤੇਰਾ ਭਾਜੀ ਕਹੂਗਾ ਜਿੱਥੇ ਜਾਂਦੀ ਆ ਉੱਥੇ ਹੀ ਬਹਿ ਜਾਂਦੀ ਆ ਨਹੀਂ ਚੱਲ ਛੱਡ ਹਾਂ ਮੈਂ ਤੈਨੂੰ ਸਬਜ਼ੀ ਪਾ ਕੇ ਦਿੰਦੀ ਹਾਂ ਆ ਜਾ ਓਏ ਹੋਰ ਵੀ ਚੋਭਰਾ ਓਏ ਕੱਢਿਆ ਰੇਸਾਂ ਰੁਸਾਂ ਅੱਜ ਕੱਲ ਬੜੀਆਂ ਰੇਸਾਂ ਆਉਣ ਲੱਗ ਗਿਆ ਹੈ ਹਾਂ ਬਾਈ ਸੁੱਖੇ ਕੱਢਾ ਯਾਰ ਰੇਸਾਂ ਤੂੰ ਕਿਵੇਂ ਖੁੰਡਾ ਚੱਕੀ ਫਿਰਦਾ ਲੱਗਦਾ ਕਿਸੇ ਮਾਰਤੇ ਆ ਕੰਜਰਾ ਓਏ ਮਾਰਤੇ ਕਾਹਨੂੰ ਆ ਉਹ ਰਸਤੇ 'ਚ ਕੋਈ ਕੁੱਤਾ ਵੇਲਾ ਪੈ ਜਾਂਦਾ ਮਗਰ ਉਹ ਤਾਂ ਚੱਕਿਆ ਖੁੰਡਾ ਉਹ ਤੂੰ ਦੱਸ ਕਿਵੇਂ ਹੈ ਉਹ ਕਿਵੇਂ ਹੈ ਨਵੀਂ ਭਰਜਾਈ ਉਹ ਦੰਦੀਆਂ ਦੁੱਧ 'ਚ ਮਲਾਈਆਂ ਪਾ ਪਾ ਜਾਂ ਨਹੀਂ ਮੈਂ ਮਾਰ ਕੇ ਲਫੜਾ ਮੂੰਹ ਵਿੰਗਾ ਕਰ ਦੂੰ ਜੇ ਐਵੇਂ ਭਕਾਈ ਮਾਰੀਏ ਨਾ ਕੀ ਗੱਲ ਓਏ ਬੜਾ ਭੜਕਿਆ ਭਰਜਾਈ ਦੇ ਨਾ ਉੱਥੇ ਨਾ ਮੈਂ ਕਿਹੜਾ ਚੂੰਡੀ ਵੱਢ ਲਈ ਤੇਰੀ ਭਰਜਾਈ ਦੇ ਉਹ ਨਾਲੇ ਮੇਰਾ ਹੱਕ ਵੀ ਬਣਦਾ ਉਹ ਜੇਠ ਲੱਗਦਾ ਮੈਂ ਜੇਠ ਉਹਦਾ ਉਹ ਭਾਵੇਂ ਸ਼ਰੀਕੇ 'ਚੋਂ ਸਹੀ ਕੀ ਕਿਹਾ ਮਾਰ ਕੇ ਮੁੱਕੀ ਨਾ ਆ ਸਾਰੇ ਦੰਦ ਕੱਢ ਦੂੰ ਬਾਰੇ ਵੱਡਾ ਆਇਆ ਜੇਠ ਵਾਲਾ ਛੱਤੀ ਫਿਰਦੀਆਂ ਤੇਰੇ ਵਰਗੀਆਂ ਕਤੀੜਾਂ ਉਹ ਬੱਲੀ ਸੱਚੀ ਗੱਲ ਚੁਭਦੀ ਬਹੁਤ ਹੁੰਦੀ ਹੈ ਉਹ ਮੈਂ ਇਕੱਲਾ ਨਹੀਂ ਸਾਰਾ ਪਿੰਡ ਜਾਣਦਾ ਉਹ ਮੰਗੀ ਤਾਂ ਨੌ ਦੇ ਘਰ ਵਾਲਾ ਉਹ ਟਿੱਕੀ ਤਾਂ ਉਹ ਤੇਰੇ ਕਰਕੇ ਹੈ ਸਾਲਿਓ ਦੋਵੇਂ ਭਰਾ ਝੂਠ ਦਿਓ ਪੀਂਗਾ ਕਿਵੇਂ ਮੇਰੇ ਅੱਗੇ ਸੱਚਾ ਸੁੱਚਾ ਬਣਦਾ ਲਾਸਟ ਵਾਰੀ ਕਹਿ ਰਿਹਾ ਸੁੱਖੇ ਜਵਾਨ ਨੂੰ ਲਗਾਮ ਦੇ ਨਹੀਂ ਡੱਕਰੇ ਕਰ ਦੂੰ ਵੱਢ ਕੇ ਉਹ ਕਿਹਦੇ ਕਿਹਦੇ ਡੱਕਰੇ ਕਰੇਗਾ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਮਾਰ ਫੇਰ ਗੱਲ ਕਰੀ ਸੁੱਖੇ ਨਾਲ ਵੱਡਾ ਆ ਡੱਕਰੇ ਕਰਨ ਵਾਲਾ ਪਰੇਡ ਚੱਲ ਸਾਲਾ ਸੁੱਖਾ ਇਹ ਹੁਣ ਮੇਰੇ ਹੱਥੋਂ ਮਰੂ ਮੇਰੇ ਸਾਲੇ ਨੇ ਸਾਰੇ ਪਿੰਡ 'ਚ ਗੱਲ ਉਡਾ ਦੇਣੀ ਹੈ ਬਕਵਾਸ ਕਰਦਾ ਸਾਲਾ ਐਵੇਂ ਇਹਦਾ ਵੀ ਕਰੂੰਗਾ ਮੈਂ ਹੱਲ ਜਿੰਦਰੇ ਮੈਂ ਕਰਾਵਾਂ ਕੰਮ ਨਹੀਂ ਨਹੀਂ ਮੈਂ ਆਪੇ ਕਰ ਲੂੰ ਥੱਕ ਨਾ ਜਾਈ
ਤੁਹਾਡੇ ਕੰਮ ਨਾਲੋਂ ਤਾਂ ਮੈਂ ਉਹੀ ਚੰਗੀ ਹਾਂ। ਮੈਨੂੰ ਪਤਾ ਤੁਹਾਡਾ। ਉਹ ਕਰਾ ਦਾ ਨਾ, ਦੇਖ ਲਾ ਫਿਰ ਨਾ ਕਹੀਂ ਕੰਮ ਨਹੀਂ ਕਰਾਇਆ। ਰਹਿਣ ਦਿਓ ਤੁਸੀਂ, ਮੈਨੂੰ ਨਹੀਂ ਲੋੜ। ਉਹ ਕੀ ਹੋਇਆ, ਉਹ ਕੀ ਗੱਲ ਬੱਲੀ, ਲੜਕੇ ਆ ਕਿਸੇ ਨਾਲ? ਬਾਈ ਉਹ ਸੁੱਖਾ ਮਿਲਿਆ ਸੀ, ਮੇਰਾ ਸਾਲਾ ਐਵੇਂ ਬਕਵਾਸ ਕਰੀ ਜਾਂਦਾ ਸੀ। ਉਹ ਛੱਡ ਯਾਰ, ਉਹ ਬੰਦਾ ਕੋਈ, ਉਹ ਲੋਕਾਂ ਤੋਂ ਆਪਦਾ ਘਰ ਤਾਂ ਸਾਂਭਿਆ ਨਹੀਂ ਜਾਂਦਾ, ਦੂਜਿਆਂ ਦੀਆਂ ਗੱਲਾਂ ਕਰਦੇ ਨੇ। ਇਹੋ ਜਿਹੇ ਲੋਕਾਂ ਦੇ ਮੂੰਹ ਲੱਗਣ ਦੀ ਲੋੜ ਨਹੀਂ। ਮੈਂ ਖੇਤ ਜਾ ਆਇਆ ਵਾਂ, ਤੂੰ ਡੈਰੀ 'ਚ ਦੁੱਧ ਪਾਇਆ ਸੀ, ਜਿੰਦਰ ਬੱਲੀ ਨੂੰ ਦੁੱਧ ਪਾ ਕੇ ਦੇ ਦੀ। ਠੀਕ ਹੈ, ਠੀਕ ਆ। ਚੰਗਾ ਬਾਈ, ਪਾਊਂਗਾ। ਕੀ ਗੱਲ ਬੱਲੀ, ਖਾਸਾ ਗਰਮ ਹੋਇਆ ਪਿਆ, ਲੜ ਕੇ ਆਇਆ ਕਿਸੇ ਨਾਲ? ਭਾਬੀ ਹੁਣ ਆਹ ਪਿੰਡ ਵਾਲੇ ਨਾ ਤੇਰੇ ਅਤੇ ਮੇਰੇ ਬਾਰੇ ਬਹੁਤ ਗੱਲਾਂ ਕਰਦੇ ਨੇ। ਆਹ ਸਾਲਾ ਸੁੱਖਾ ਕਹਿੰਦਾ ਤੂੰ ਬਾਈ ਮੰਗੀ ਕਰਕੇ ਨਹੀਂ, ਮੇਰੇ ਕਰਕੇ ਇਸ ਘਰ 'ਚ ਟਿਕੀ ਹੋਈ ਆ। ਮੱਚਦੇ ਨੇ ਲੋਕ ਤੁਹਾਡੇ ਦੋਨਾਂ ਭਾਈਆਂ ਤੋਂ, ਕੀ ਇਹਨਾਂ ਦਾ ਪਿਆਰ ਕਾਸ ਤੋਂ ਬਣਿਆ ਪਿਆ? ਭਾਬੀ ਬਾਈ ਮੰਗੀ ਨੂੰ ਨਾ ਮੇਰੇ 'ਤੇ ਰੱਬ ਜਿੱਡਾ ਵਿਸ਼ਵਾਸ ਆ ਅਤੇ ਮੈਂ ਉਹਦਾ ਅਮਾਨ ਟੁੱਟਣ ਨਹੀਂ ਦੇਣਾ। ਲੋਕਾਂ ਦਾ ਮੂੰਹ ਨਹੀਂ ਫੜ ਹੁੰਦਾ ਕਿਸੇ ਤੋਂ, ਕੁੱਤੇ ਭੌਂਕਦੇ ਆ ਭੌਂਕੀ ਜਾਣਦੇ, ਲੋਕ ਤਾਂ ਹੁੰਦੇ ਹੀ ਗੱਲਾਂ ਬਣਾਉਣ ਵਾਸਤੇ ਆ। ਮੈਂ ਰੋਟੀ ਬਣਾਉਣ ਚੱਲੀ ਹਾਂ, ਠੀਕ ਹੈ, ਤੂੰ ਆ ਜਾ ਅਤੇ ਖਾ ਲਾ। ਸਹੀ ਕਹਿੰਦੀ ਹੈ ਭਾਬੀ, ਜੇ ਹੁਣ ਲੋਕ ਗੱਲਾਂ ਬਣਾਉਣ ਹੀ ਲੱਗ ਪਏ ਨਾ, ਕਿਉਂ ਨਾ ਇਹਨੂੰ ਹਕੀਕਤ 'ਚ ਬਦਲ ਦਈਏ। ਤੇਰੇ ਨਾਲ ਵਾਧਾ ਰਿਹਾ ਭਾਬੀ, ਹੁਣ ਲੋਕਾਂ ਤੋਂ ਇਕੱਲੀਆਂ ਗੱਲਾਂ ਨਹੀਂ ਕਰਵਾਉਣੀਆਂ। ਬੇ ਕੀ ਹੋਇਆ, ਗੁੱਸੇ 'ਚ ਪੀ ਜਾਂਦਾ, ਐਂ ਨਹੀਂ ਚੜ੍ਹਨਾ ਇਹਨੇ। ਬੇ ਤਾਂ ਸਰੂਰ ਦੇਣ ਵਾਲੀ ਚੀਜ਼ ਆ, ਪਿਆਰ ਨਾਲ ਪੀਆ ਕਰ। ਉਹ ਬੱਲੀ ਮਿਲਿਆ ਤੀ, ਮੁੱਕਰ ਗਿਆ ਸਾਲਾ ਉਸ ਗੱਲ ਤੋਂ, ਕਹਿੰਦਾ ਭਾਬੀ ਹੈ ਮੇਰੀ, ਬਕਵਾਸ ਨਾ ਕਰ, ਓਏ ਸਾਰਾ ਪਿੰਡ ਜਾਣਦਾ ਕਿੰਨੀ ਕੁ ਭਾਬੀ ਹੈ ਤੇ ਕਿੰਨੀ ਕਰਾਨਾ, ਸਮਝ ਗਈ? ਬੇ ਚੱਲ ਖਸਮਾਂ ਨੂੰ ਖਾਵੇ, ਆਪਦੇ ਘਰੇ ਕੋਈ ਸੱਜ ਵਜਾਵੇ, ਚਾਹੇ ਛਾਨ ਨਹੀਂ, ਆਪਾਂ ਕੀ ਲੈਣਾ ਕਿਸੇ ਤੋਂ। ਤੂੰ ਦਾਰੂ ਖਤਮ ਕਰ ਤੇ ਮੈਂ ਰੋਟੀ ਲੈ ਕੇ ਆਉਂਦੀ ਹਾਂ। ਓਏ ਖਾ ਲੈਣਾ ਰੋਟੀ ਵੀ, ਓਏ ਅੱਜ ਬੜੀ ਕਾਹਲੀ ਕਰੀ ਜਾਂਦੀ ਹੈ, ਸੁੱਖ ਨਹੀਂ ਲੱਗਦੀ ਅੱਜ। ਬੇ ਸੁੱਖੀ ਆ, ਹੋਰ ਪਾਸੇ ਨਾ ਲੈ ਜਾ ਕਰ ਗੱਲ ਨੂੰ। ਉਹ ਇੱਧਰ ਨੂੰ ਹੋ ਜਾ, ਮੈਂ ਕਿਹੜਾ ਖਾਣ ਲੱਗਿਆ ਤੈਨੂੰ। ਬੇ ਹੋ ਤਾਂ ਗਈ, ਥੋੜਾ ਜਾ ਨੇੜੇ ਹੋ ਜਾ, ਸੀਨੇ ਚੋਂ ਨਿਕਲ। ਬਿਆ ਦੇਖ ਲੈ ਕੀ ਚੱਜ ਕਰੀ ਜਾਂਦਾ, ਹੁਣ ਹੋਊਗਾ ਸਾਲਾ ਸਰਦਾਰੂ ਦਾ, ਉਹ ਦੇਖੀ ਕਿਵੇਂ ਚੜ੍ਹਦੀ ਆ ਹੁਣ। ਪਹਿਲਾਂ ਸਾਲਾ ਭੋਰਾ ਵੀ ਨਸ਼ਾ ਨਹੀਂ ਹੋਇਆ। ਬੇ ਇਸ ਨਸ਼ੇ ਤੋਂ ਵੱਧ ਤਾਂ ਮੇਰੀਆਂ ਅੱਖਾਂ 'ਚ ਨਸ਼ਾ ਜੱਟਾ। ਅੱਛਾ, ਲਓ ਬੇ ਇੱਥੋਂ ਪੀ ਕੇ ਦੇਖ, ਇੱਥੋਂ। ਬੇ ਜੇ ਇੱਕ ਪੈਗ ਨਾਲ ਨਾ ਆਊਟ ਹੋ ਗਿਆ। ਅੱਛਾ ਜੀ, ਆਹੋ ਲੈ ਕਰ ਫਿਰ, ਮਾਰ ਆਪਦੀ ਅੱਖਾਂ 'ਚੋਂ ਟਕੀਲਾ ਜਿਹਾ ਸ਼ਾਟ, ਦੇਖਦਾ ਮੈਂ ਆਊਟ ਹੋਊਂਗਾ ਕਿ ਨਾ। ਬੇ ਬਸ ਕਰ, ਆ ਜਾ ਰੋਟੀ ਖਾ ਲਾ। ਓਏ ਖਾ ਲੈਣੇ ਆ ਰੋਟੀ, ਰੋਟੀ ਤਾਂ ਰੋਜ਼ੇ ਖਾਂਦੇ ਆ, ਅੱਜ ਤਾਂ ਤੈਨੂੰ ਖਾਣ ਨੂੰ ਦਿਲ ਕਰਦਾ। ਹੋਰ ਪਰੇ ਹਟ,
ਟਹਿ ਜਾਣਾ ਸ਼ਰਾਬੀ। ਚੱਲ ਮੈਂ ਰੋਟੀ ਲਿਆਉਣੀ ਆ ਪਾ ਕੇ, ਬਹਿ ਜਾ ਲੋਟ ਹੋ ਕੇ। ਉਹ ਬਹਿ ਜਾ, ਕਦੇ ਕਦੇ ਤਾਂ ਬਹਿਣੀ ਆ ਮੇਰੇ ਕੋਲੇ, ਪਤਾ ਨਹੀਂ ਕਿਵੇਂ ਹੱਸ ਕੇ ਗੱਲ ਕਰ ਲਈ, ਨਹੀਂ ਤਾਂ ਧੱਕੇ ਦੇ ਜਾਂਦੀ ਆ। ਉਹ ਚੱਲ ਪਾ ਲਿਆ ਰੋਟੀ ਖਾਈਏ, ਮੈਂ ਇੱਕ ਪੈਗ ਹੋਰ ਲਾ ਲਾਂ। ਭਾਬੀ, ਬੱਲੇ ਇਹ ਤੈਨੂੰ ਕੀ ਹੋ ਗਿਆ? ਭਾਬੀ ਸੁਪਨੇ ਚ ਕੀ ਕਰਾਂ? ਭਾਬੀ ਜੱਫੀ ਪਾ ਰਹੀ ਸੀ ਮੈਨੂੰ। ਭਾਬੀ ਦੀ ਆਵਾਜ਼ ਲੱਗਦੀ ਹੈ। ਦਿਨੇ ਤਾਂ ਬੜਾ ਇਸ਼ਕ ਚੜਿਆ ਹੋਇਆ ਸੀ ਤੁਹਾਨੂੰ, ਹੁਣ ਕੀ ਹੋਇਆ ਬੋਲੋ। ਪਤਾ ਨਹੀਂ ਯਾਰ ਜਿੰਦਰ, ਕੀ ਹੁੰਦਾ ਮੈਨੂੰ, ਇੱਕਦਮ ਸਿਰ ਨੂੰ ਚੜ ਜਾਂਦਾ ਫਿਰ ਇੱਕਦਮ ਉਤਰ ਜਾਂਦਾ। ਮੈਨੂੰ ਲੱਗਦਾ ਮੈਨੂੰ ਕੋਈ ਪ੍ਰੋਬਲਮ ਆ। ਜੇ ਐਡੀ ਗੱਲ ਹੈ ਫਿਰ ਕਿਸੇ ਡਾਕਟਰ ਨੂੰ ਹੀ ਦਿਖਾ ਲਓ, ਕਿਤੇ ਕੋਈ ਨੁਕਸ ਹੀ ਨਾ ਪੈ ਗਿਆ ਹੋਵੇ। ਆਪਣੇ ਤਾਂ ਵਿਆਹ ਨੂੰ ਸਿਰਫ ਅਜੇ 6 ਮਹੀਨੇ ਹੋਏ ਹੈ। ਯਾਰ ਮੈਂ ਕਿਹੜਾ ਜਾਣ ਕੇ ਕਰਦਾ, ਮੈਨੂੰ ਸੱਚੀਓ ਪ੍ਰੋਬਲਮ ਆ। ਤੇ ਫਿਰ ਇਲਾਜ ਕਰਵਾ ਲਓ ਨਾ ਕਿਤੇ, ਐਵੇਂ ਤਾਂ ਫਿਰ ਸਾਡੇ ਜਵਾਕ ਵੀ ਨਹੀਂ ਹੋਣੇ, ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨਗੇ ਮੇਰੇ ਬਾਰੇ। ਸ਼ਰੀਕੇ ਵਾਲਿਆਂ ਨੇ ਤਾਂ ਮੈਨੂੰ ਹੀ ਕਹਿਣਾ ਹੈ ਕਿ ਆਹੀ ਬਾਂਝ ਹੈ, ਤੇ ਹੋਰ ਪਤਾ ਨਹੀਂ ਮੈਨੂੰ ਕੀ ਸੁਣਨ ਨੂੰ ਮਿਲੂ। ਚੱਲ ਸੋ ਜਾ, ਕੱਲ੍ਹ ਨੂੰ ਦਿਖਾਉਂਦੇ ਕਿਸੇ ਡਾਕਟਰ ਨੂੰ, ਤੂੰ ਪੈ ਜਾ। ਤੂੰ ਫਿਕਰ ਨਾ ਕਰ ਭਾਬੀ, ਤੂੰ ਬੱਲੇ ਦੇ ਹੁੰਦਿਆਂ ਬੱਚੇ ਤੋਂ ਵਾਂਝ ਨਹੀਂ ਰਹਿ ਸਕਦੇ। ਬੱਲੀ, ਜੇ ਸਭ ਕੁਛ ਮੰਗੀ ਬਾਈ ਨੂੰ ਪਤਾ ਲੱਗ ਗਿਆ ਤਾਂ ਤੂੰ ਉਹਦੀਆਂ ਨਜ਼ਰਾਂ 'ਚ ਗਿਰਜੇਗਾ, ਨਾਲੇ ਭਾਬੀ ਕੀ ਸੋਚੂਗੀ ਮੇਰੇ ਬਾਰੇ। ਬੱਲੀ ਹੁਣ ਰਿਸ਼ਤੇ ਦਾਅ 'ਤੇ ਲਾਉਣੇ ਪੈਣੇ ਆ।
ते हुण रिश्ते दाते लगणगे सी। ਉਹ ਬਸ ਕਰ ਸਾਲਿਆ, ਇੱਥੇ ਟੈਟ ਹੋ ਜਾਏਗਾ। ਇਹ ਤਾਂ ਹਾਥੀਆਂ ਨੂੰ ਵੀ ਛੱਡ ਦਿੰਦੀ ਆ। ਉਹ ਐਂ ਤਾਂ ਦੱਸ ਕਿਹੜੀ ਖੁਸ਼ੀ 'ਚ ਪੀ ਰਿਹਾ। ਉਹ ਮੰਗੀ ਦਾ ਘਰ ਤਬਾਹ ਕਰਨਾ ਮੈਂ, ਸਾਲੇ ਦਾ ਥੱਲੇ ਨਹੀਂ ਆ ਰਹੇ। ਕੱਲ ਸਾਲਾ ਬੋਲੀ ਨੂੰ ਟੋਕੇ ਦੇਖਿਆ, ਸਾਲਾ ਗਲੇ ਪੈ ਗਿਆ ਮੇਰੇ। ਸਾਂਭੇ ਉਹ ਕੋਈ ਨਵਾਂ ਪੰਤਰਾ ਖੇਡਣਾ ਪੈਣਾ, ਉਹ ਤਾਂ ਫੁੱਟ ਪਊਗੀ ਦੋਵੇਂ ਭਰਾਵਾਂ 'ਚ। ਤਾਂ ਫੁੱਟ ਐ ਨਹੀਂ ਪੈਂਦੀ ਸੁੱਖਿਆ, ਫੁੱਟ ਪਾਉਂਦੀ ਆ ਤੀਵੀਂ ਜਾਂ ਫਿਰ ਆਹ ਦਾਰੂ। ਸਮਝਾਂ ਮੇਰੀ ਗੱਲ, ਜਦੋਂ ਦੁਸ਼ਮਣ ਸਿੱਟਣਾ ਹੋਵੇ ਕਿ ਨਾ, ਉਦੋਂ ਸਾਮ ਦਾਮ ਦੰਡ ਭੇਦ ਸਭ ਕੁਛ ਵਰਤ ਲੈਣਾ ਚਾਹੀਦਾ। ਸਮਝਿਆ ਮੇਰੀ ਗੱਲ? ਸਮਝ ਗਿਆ ਸਮਝ ਗਿਆ। ਉਹ ਸੁੱਖਿਆ ਉਹ ਸੁੱਖਿਆ ਉਹ ਮੰਗੀ ਆ ਰਿਹਾ, ਹੁਣ ਦੇਖੀਏ ਤਮਾਸਾ। ਬਲਾ ਅੱਜ ਦੇਖ ਰਿਹਾ ਇਹਨੂੰ, ਦੇਖ ਲੈਂਦੇ ਹਾਂ। ਉਹ ਮੰਗੀ ਉਹ ਕਿਵੇਂ ਚੱਕਵੇਂ ਪੈਰੀ ਹੋਇਆ ਜਾਂਦਾ, ਕੀ ਹਾਲ ਹੈ? ਵਧੀਆ ਬਾਈ। ਹੋਰ ਬਾਈ ਸਾਂਭਿਆ, ਜਮਾਈ ਬੈਠੇ ਹੋ ਖੜਾ? ਉਹ ਖੜਾ ਤਾਂ ਜਮਾਈ ਬੈਠੇ ਯਾਰ, ਸਾਲੀ ਚੜ੍ਹਦੀ ਨੀ। ਚੱਲ ਆ ਜਾ ਫਿਰ ਲਾਉਣੇ ਆ। ਨਾ ਯਾਰ ਤੁਸੀਂ ਲਾਓ, ਮੈਂ ਤਾਂ ਘਰਾਂ ਜਾਣਾ। ਉਹ ਸਾਂਭਿਆ ਉਹ ਜਾਣ ਦੇਣੋ, ਉਹ ਜਿੰਦਰ ਭਾਬੀ ਕੱਲੀ ਆ ਕਰੇ, ਉਹ ਫਿਕਰ ਤਾਂ ਹੁੰਦਾ ਹੀ ਆ ਯਾਰ। ਨਾ ਇਹ ਤਾਂ ਤੁਸੀਂ ਫਿਕਰਾਂ ਕੱਲੀਆਂ ਸੁੱਖਿਆ, ਤੂੰ ਉਹਦਾ ਫਿਕਰ ਕਰ। ਉਹਨੂੰ ਕੋਈ ਖਤਰਾ ਨਹੀਂ ਮੰਗੀ, ਉਹ ਖਤਰਾ ਤੇਰੇ ਵਾਲੀ ਨੂੰ ਹੈ। ਉਹ ਜਵਾਨ ਜਹਾਨ ਗੱਭਰੂ ਦਿਓਰ ਕੱਲਾ ਕਰੇ, ਉਹ ਤੂੰ ਕੰਜਰਾ ਉਰੇ ਫਿਰਦਾ। ਓਏ ਉਹਨਾਂ ਦਾ ਦੋਨਾਂ ਦਾ ਕੀ ਪਤਾ? ਕੀ ਭੌਂਕਦਾ ਓਏ? ਓ ਬਾਈ ਓ ਬਾਈ ਕੀ ਕਰੀ ਜਾਂਦਾ ਤੂੰ? ਨਾ ਕੀ ਭੌਂਕਦਾ? ਮਾਰ ਕੇ ਬੋਤਲ ਖੋਪੜ ਖੋਲ ਦੂ ਸਾਲੇ ਦਾ। ਓਏ ਬੱਲੀ ਮੇਰਾ ਭਾਈ ਆ, ਅਰ ਮੈਨੂੰ ਰੱਬ ਜਿੱਡਾ ਮਾਨ ਆ ਉਹਦੇ ਪਰ। ਓ ਛੱਡੋ ਯਾਰ ਛੱਡ, ਓ ਛੱਡ। ਉਹ ਠੀਕ ਤਾਂ ਬਾਈ ਕਹਿੰਦਾ ਗਾ ਸੁੱਖਾ, ਦੇਖ ਬਾਈ ਮੰਗੀ ਤੂੰ ਸਾਡਾ ਕੋਈ ਦੁਸ਼ਮਣ ਨਹੀਂ, ਤੇਰੇ ਫਾਇਦੇ ਲਈ ਕਹਿਣਿਆ, ਬਿੜਕ ਰੱਖਿਆ ਕਰ। ਤੀਵੀਂ ਦੇ ਮਾਮਲੇ 'ਚ ਕੋਈ ਭਾਈ ਨਹੀਂ, ਕੋਈ ਚਾਚਾ ਨਹੀਂ, ਕੋਈ ਤਾਇਆ ਨਹੀਂ, ਸਭ ਮਤਲਬੀ ਰਿਸ਼ਤੇ ਹੁੰਦੇ ਨੇ ਇਹ। ਚੱਜ ਦੀ ਗੱਲ ਦੱਸੋ, ਇਹ ਸਾਲਾ ਗੱਲੋਂ ਪੈਂਦਾ, ਉਹ ਸਾਨੇ ਕੀ ਲੈਣਾ? ਪਤਾ ਉਦੋਂ ਲੱਗੂਗਾ ਜਦੋਂ ਸਿਰ ਤੋਂ ਪਾਣੀ ਲੰਘੂਗਾ। ਸਮਝ ਗਿਆ? ਉਹ ਜਾ ਕਰੇ ਵਗ ਜਾ, ਜਾ ਵਗ ਜਾ ਕਰੇ। ਲੈ ਵੀ ਸੁੱਖਿਆ ਹੁਣ ਲੱਗਿਆ ਤੀਰ ਨਿਸ਼ਾਨੇ 'ਤੇ, ਆਈ ਲੈ ਫਿਰ ਖਬਰ ਕੱਲ੍ਹ ਤੱਕ ਸੁੱਖ ਸਾਂਦ ਦੀ। ਓਏ ਸਾਂਭਿਆ ਭਾ ਪੈਗ, ਉਹ ਸਾਲੀ ਹੁਣ ਚੜੂਗੀ ਹੁਣ। ਅਫਵਾਹ ਨੇ ਜਿੰਦਰ ਬੱਲੀ ਨਾਲ ਭੈੜੀ ਹੋ ਸਕਦੀ ਆ? ਨਾ ਨਾ ਕਦੇ ਨਹੀਂ, ਬੱਲੀ ਮੇਰਾ ਸਕਾ ਭਰਾ, ਮੇਰੇ ਨਾਲ ਇਸ ਤਰ੍ਹਾਂ ਦਾ ਧੋਖਾ ਨਹੀਂ ਕਰ ਸਕਦਾ। ਐਵੇਂ ਭੌਂਕਦੇ ਨੇ ਸਾਲੇ ਲੋਕ। ਕਿਤੇ ਇਹ ਗੱਲ ਸੱਚ ਨਾ ਹੋਵੇ, ਮੈਨੂੰ ਇਹਨਾਂ ਦੀ ਪਿੜਕ ਰੱਖਣੀ ਪੈਣੀ ਆ। ਆਈ ਡੀ ਕਰੋ, ਬੰਦੇ ਦੀ ਨੀਤ ਬਦਲਦੇ ਟਾਈਮ ਨਹੀਂ ਲੱਗਦਾ। ਹੋ ਸਕਦਾ ਲੋਕਾਂ ਦੀ ਗੱਲ ਸੱਚੀ ਹੋਵੇ। Come, come.
ਬੱਲੀ ਕੀ ਗੱਲ ਹੈ ਐਵੇਂ ਟੇਡਾ ਟੇਡਾ ਕਿਵੇਂ ਝਾਕਦਾ ਹੈ ਕੁਛ ਨਹੀਂ ਭਾਬੀ ਦੱਸ ਕੇ ਜਾ ਕੀ ਗੱਲ ਹੈ ਹੁਣ ਮੈਥੋਂ ਹੋਰ ਸਬਰ ਨਹੀਂ ਹੁੰਦਾ ਭਾਬੀ ਮੈਂ ਤੈਨੂੰ ਪਾਉਣਾ ਚਾਹੁੰਦਾ ਤੈਨੂੰ ਪਾਉਣਾ ਚਾਹੁੰਦਾ ਭਾਬੀ ਤੇਰਾ ਦਿਮਾਗ ਤਾਂ ਨਹੀਂ ਖਰਾਬ ਆ ਕੀ ਬੋਲੀ ਜਾਂਦਾ ਐਵੇਂ ਆਵਾ ਤਾਵਾ ਤੈਨੂੰ ਪਤਾ ਵੀ ਹੈ ਤੂੰ ਕੀ ਬੋਲ ਰਹੇ ਹਾਂ ਭਾਬੀ ਮੈਨੂੰ ਸਭ ਪਤਾ ਮੈਥੋਂ ਹੁਣ ਸਬਰ ਨਹੀਂ ਹੁੰਦਾ ਮੇਰੀਆਂ ਅੱਖਾਂ ਸਾਹਮਣੇ ਤੂੰ ਦਿਨ ਰਾਤ ਘੁੰਮਦੀ ਹੈ ਤੈਨੂੰ ਪਤਾ ਮੇਰਾ ਸੌਣਾ ਤੇ ਜਾਗਣਾ ਹਰਾਮ ਹੋਇਆ ਪਿਆ ਭਾਬੀ ਭਾਬੀ ਮੈਂ ਤੈਨੂੰ ਪੂਰਾ ਸੁੱਖ ਦੇਊਂਗਾ ਔਰ ਇਹ ਗੱਲ ਆਪਣੇ ਦੋਹਾਂ 'ਚ ਰਹੂਗੀ ਜੇ ਤੇਰੇ ਵੀਰੇ ਨੂੰ ਪਤਾ ਲੱਗ ਗਿਆ ਨਾ ਉਹਨੇ ਸਾਡੇ ਦੋਨਾਂ ਨੂੰ ਮਾਰ ਕੇ ਇੱਥੇ ਹੀ ਦੱਬ ਦੇਣਾ ਕਿਸੇ ਨੂੰ ਨਹੀਂ ਪਤਾ ਲੱਗਦਾ ਭਾਬੀ ਬਸ ਤੂੰ ਇੱਕ ਵਾਰੀ ਹਾਮੀ ਭਰ ਦੇ ਸਰ 'ਚ ਪਾਣੀ ਪਾ ਤੂੰ ਆਪਣੇ ਆਪਣਾ ਦਿਮਾਗ ਠੰਡਾ ਕਰ ਲੋਕ ਲਾਜ ਰਿਸ਼ਤੇ ਨਾਤੇ ਸਭ ਦੇਖਣੇ ਪੈਂਦੇ ਨੇ ਉਰੇ ਤੈਨੂੰ ਵੀ ਪਤਾ ਭਾਬੀ ਮੰਗੀ ਤੋਂ ਉਹ ਨਹੀਂ ਹੋਣਾ ਜੋ ਮੈਂ ਕਰ ਸਕਦਾ ਮੈਂ ਰਾਤ ਤੁਹਾਡੀਆਂ ਸਾਰੀਆਂ ਗੱਲਾਂ ਸੁਣੀਆਂ ਨਾਲੇ ਮੰਗੀ ਬਾਈ ਦੀ ਪ੍ਰੋਬਲਮ ਇੰਨੀ ਛੇਤੀ ਨਹੀਂ ਠੀਕ ਹੋਣੀ ਜੇ ਤੁਹਾਡੇ ਵਿਆਹ ਨੂੰ 6 ਮਹੀਨੇ ਹੋਰ ਲੰਘੇ ਨਾ ਲੋਕਾਂ ਨੇ ਤੈਨੂੰ ਬਾਂਝ ਕਹਿਣਾ ਸ਼ੁਰੂ ਕਰ ਦੇਣਾ ਬਾਂਝ ਸੁਣ ਲੇਗੀ ਲੋਕਾਂ ਦੀਆਂ ਗੱਲਾਂ ਇੱਕ ਵਾਰੀ ਗੌਰ ਕਰੀ ਮੇਰੀ ਗੱਲ ਤੇ ਹੁਣ ਇਹ ਰਿਸ਼ਤਾ ਅਸੀਂ ਬਣਾ ਕੇ ਰੱਖੀ ਲੋਕਾਂ ਦੀ ਪਰਵਾਹ ਨਾ ਕਰੀ ਮੈਂ ਖੜਾ ਤੇਰੇ ਮੂਹਰੇ ਜੇ ਕੋਈ ਗੱਲਬਾਤ ਹੁੰਦੀ ਹੈ ਤਾਂ ਬੱਲੀ ਮੈਂ ਹੁਣ ਆਪਣੇ ਆਪ ਨੂੰ ਤੈਨੂੰ ਸੌਂਪਤਾ ਦੇਖੀ ਕਿਤੇ ਬਦਨਾਮੀ ਨਾ ਖੱਟ ਲਈ ਮੈਂ ਕਾਸੇ ਜੋਗੀ ਨਹੀਂ ਰਹਿਣਾ ਫਿਰ ਮੇਰੇ ਤੇ ਵਿਸ਼ਵਾਸ ਰੱਖ ਭਾਬੀ ਤੈਨੂੰ ਤੱਤੀ ਵਾਂਗ ਲੱਗਣਾ ਹੁੰਦਾ ਜਿੰਦਰ ਬਾਰ ਬੋਲ ਹਾਏ ਲੱਗਦਾ ਤੇਰਾ ਵੀਰਾ ਆ ਗਿਆ ਬੱਲੀ ਹੁਣ ਕੀ ਕਰੀਏ ਬੱਲੀ ਤੂੰ ਡਰਨਾ ਭਾਬੀ ਮੈਂ ਹੈਗਾ ਤੂੰ ਕੁੰਡਾ ਖੋਲ ਜਾ ਕੇ ਖੋਲ ਤਾਂ ਰਹੀ ਹਾਂ ਰੁਕ ਜਾਓ ਇੰਨਾ ਟਾਈਮ ਬਾਹਰ ਖੋਲਣ ਨੂੰ ਸਿਰ 'ਚ ਦਰਦ ਹੋ ਰਿਹਾ ਸੀਗਾ ਸਰੀਰ ਤਾਂ ਠੀਕ ਹੈ ਤੇਰਾ ਹਾਂ ਠੀਕ ਹੈ ਬਸ ਲੰਮੀ ਪਈ ਸੀ ਕੀ ਕਰਾਂ ਐਂ ਲੱਗਦਾ ਸੀ ਕਿਤੇ ਐਂ ਲੱਗਦਾ ਜਿਵੇਂ ਬੁਖਾਰ ਚੜੂਗਾ ਸਾਰਾ ਸਰੀਰ ਟੁੱਟੀ ਜਾਂਦਾ ਸਵੇਰ ਦਾ ਪਿੰਡਾ ਤਾਂ ਖਾਸਾ ਗਰਮ ਪਿਆ ਤੇਰਾ ਬੱਲੀ ਨੂੰ ਕਹਿ ਕੇ ਦਵਾਈ ਮੰਗਾ ਲੈਣੀ ਤੀ ਡਾਕਟਰ ਤੋਂ ਬੱਲੀ ਤਾਂ ਰੇਸ ਲਾਉਣ ਗਿਆ ਕਿੱਥੇ ਆਇਆ ਹਜੇ ਉਹ ਮੈਂ ਤਾਂ ਹੀ ਤਾਂ ਕੁੰਡਾ ਲਾ ਕੇ ਪਈ ਸੀ ਚੱਲ ਕੋਈ ਨਾ ਮੈਂ ਤੈਨੂੰ ਗੋਲੀ ਲਿਆ ਕੇ ਦਿੰਦਾ ਡਾਕਟਰ ਤੋਂ ਠੀਕ ਹੈ ਤੂੰ ਪੈ ਜਾ ਆਰਾਮ ਕਰ ਠੀਕ ਹੈ
ਤਾਂ ਮਰਦੇ ਮਰਦੇ ਬਚੇ ਆ। ਜੇ ਪਤਾ ਲੱਗ ਜਾਂਦਾ ਤੇਰੇ ਵੀਰ ਨੂੰ ਫੇਰ ਮੇਰਾ ਤਾਂ ਸਰੀਰ ਹੀ ਕੰਬੀ ਜਾਂਦਾ। ਜੇ ਤੇਰੇ ਵੀਰੇ ਨੂੰ ਪਤਾ ਲੱਗ ਜਾਂਦਾ ਫਿਰ ਕੀ ਹੋਣਾ ਸੀ ਬੱਲੀ? ਉਹ ਪਤਾ ਲੱਗਿਆ ਤਾਂ ਨਹੀਂ ਤੇ ਹੁਣ ਆਪਾਂ ਪਤਾ ਲੱਗਣ ਵੀ ਨਹੀਂ ਦੇਣਾ। ਜਰਾ ਸੰਭਲ ਕੇ ਮਿਲਿਆ ਕਰਾਂਗੇ, ਸਮਝੇ? ਚੱਲ ਫਿਰ ਮੇਰੇ ਲਈ ਦੁੱਧ ਗਰਮ ਕਰਦੇ, ਦੇਸੀ ਘਿਓ ਪਾ ਕੇ ਜਾ ਹੁਣ, ਜੀ ਨਹੀਂ ਕਰਦਾ। ਠੀਕ ਹੈ ਮੈਂ ਲਿਆਉਂਦੀ ਹਾਂ। ਲੈ ਬੱਲੀ ਤੇਰਾ ਦੁੱਧ। ਭਾਬੀ ਖੁਸ਼ ਹੈ? ਭਾਬੀ ਹਾਂ ਬਹੁਤ ਜ਼ਿਆਦਾ। ਚੱਲ ਚੰਗਾ ਭਾਬੀ। ਚੱਲ ਚੰਗਾ ਭਾਬੀ, ਮੈਂ ਰੇਸ ਲਾਇਆ ਵਾਂ, ਤੂੰ ਆਰਾਮ ਕਰ, ਥੱਕ ਗਈ ਹੋਏਗੀ। ਠੀਕ ਹੈ। ਭਾਜੀ। ਹਾਂ ਹਾਂ ਭਾਬੀ। ਅੱਜ ਇੱਧਰ ਕਰੀ ਆ? ਹਾਂ ਹਾਂ ਕਰਾਈ ਆ। ਸੁੱਖੀ ਦੀ ਬਹੂ ਬੜੇ ਗੇੜੇ ਮਾਰਦੀ ਆ, ਨਿਗਾਹ ਰੱਖਣੀ ਪੁੱਛਦੇ ਭਰਾ ਵੀ ਕਿਤੇ ਹੋਈ ਨਾ ਜਿੰਦਰ ਨੂੰ ਕੋਈ ਪੱਟੀ ਫੜਾ ਦੇ। ਉਹ ਤਾਂ ਹੈ ਵਿਚਾਰੀ ਨਿਆਣੀ, ਔਰ ਨਾ ਉਹਨੂੰ ਇੰਨੀ ਅਕਲ ਆ। ਕੋਈ ਨਾ ਦੇਖਦੇ ਹਾਂ। ਨਿਜਿੰਦਰੇ, ਨੀ ਚੁੱਲ੍ਹੇ ਚੌਂਕੇ 'ਚ ਹੀ ਬੜੀ ਰਹਿੰਦੀ ਆ ਸਾਰਾ ਦਿਨ, ਨੀ ਕਦੇ ਬਾਹਰ ਵੀ ਨਿਕਲਿਆ ਆਇਆ ਕਰ। ਨੀ ਕਿੱਥੇ ਨਿਕਲਿਆ ਜਾਂਦਾ ਹੈ, ਇੱਕ ਕੰਮ ਨਿਬੜਦਾ ਹੈ ਤੇ ਦੂਜਾ ਤਿਆਰ ਹੋ ਜਾਂਦਾ ਹੈ, ਕਦੇ ਹਾਜ਼ਰੀ ਤੇ ਕਦੇ ਦੁਪਹਿਰ। ਆਹੀ ਨੀ ਨਿਬੜਦੇ ਕੰਮ ਕਾਰ ਮੇਰੇ। ਨੀ ਆਹ ਨਿਜਿੰਦਰੇ, ਆਹ ਕੀ, ਹੌਲੀ ਮਾਰ ਲਿਆ ਕਰੋ, ਨਿਸ਼ਾਨ ਹੀ ਨਿਸ਼ਾਨ ਪਾਏ ਪਏ ਆ। ਚੱਲ ਖੱਚਰੀ ਜੀ ਨਾ ਹੋਵੇ ਤਾਂ ਆਪਦੇ ਦਿਨ ਭੁੱਲ ਗਈ, ਨਾਲੇ ਸੁੱਖਾ ਭਾਜੀ ਨੇ ਤਾਂ ਤੇਰੀ ਚੰਗੀ ਮੁਰੰਮਤ ਕੀਤੀ ਹੋਈ ਲੱਗਦੀ ਹੈ। ਨੀ ਕਿੱਥੇ ਢਹਿ ਜਾਣਾ, ਸ਼ਰਾਬ ਨਾਲ ਡੱਕਿਆ ਰਹਿੰਦਾ ਉਹ ਤਾਂ। ਨੀ ਪਤਾ ਨੀ ਕੀ ਦੁੱਖ ਲੱਗਿਆ ਚੰਦਰੇ ਨੂੰ, ਨੀ ਤੜਕੀ ਬਹਿ ਜਾਂਦਾ ਬੋਤਲ ਲੈ ਕੇ, ਆਥਣ ਤਿੱਕਰ ਪੀ ਜਾਂਦਾ। ਨੀ ਦਿਲਜੀਤ ਤੇਰੇ 'ਚ ਹੋਣੀ ਕੋਈ ਘਾਟ? ਨੀ ਇੰਨਾ ਸੋਹਣਾ ਪਟੋਲਾ ਛੱਡ ਕੇ ਕੋਈ ਦਾਰੂ ਦੇ ਪਿੱਛੇ ਲੱਗਿਆ ਰਹਿੰਦਾ? ਨੀ ਚੱਲ ਨੀ, ਨੀ ਲੱਗ ਲੈਣ ਦਿਆ ਕਰ ਨੇੜੇ, ਕਿਤੇ ਨੀ ਹੁੰਦਾ ਕੁਛ। ਹਾਂ ਚੱਲ ਨੀ, ਪਰ ਮਾਸ਼ਕਰੀਆਂ ਤੋਂ ਬਿਨਾਂ ਗੱਲ ਹੀ ਨਹੀਂ ਆਉਂਦੀ ਲੁੱਚੀ ਨੂੰ ਕੋਈ। ਲੈ ਖੰਡ ਦੀ ਕੌਲੀ ਦੇ ਇੱਕ। ਨੀ ਸਾਡੀ ਤਾਂ ਖੰਡ ਮੁੱਕੀ ਪਈ ਆ ਭੈਣੇ, ਤੇਰਾ ਬਾਈ ਹੱਥ ਨੇ ਲਿਆਊਗਾ ਜੇ ਉੱਤਰ ਗਈ ਤਾਂ ਉਹਦੀ। ਨੀ ਲੈ ਜਾ, ਖੰਡ ਨੂੰ ਤਾਂ ਕੀ ਹੈ, ਸੁੱਖੇ ਭਾਜੀ ਨੂੰ ਇੰਨੀ ਸ਼ਰਾਬ ਨਾ ਪੀਣ ਦਿਆ ਕਰ। ਨੀ ਮੈਂ ਸੁਣਿਆ ਇੰਨੀ ਪੀਣ ਨਾਲ ਲੀਵਰ ਖਰਾਬ ਹੋ ਜਾਂਦਾ ਹੈ। ਨੀ ਤੇਰੇ ਵਾਲਾ ਠੀਕ ਆ, ਸੋਫੀ ਤਾਂ ਰਹਿੰਦਾ। ਨੀ ਅੱਛਾ ਐਂ ਤਾਂ ਦੱਸ, ਨੀ 6 ਮਹੀਨੇ ਟੱਪ ਗਏ, ਆ ਖੁਸ਼ਖਬਰੀ ਕਦੋਂ ਸੁਣਾਉਣੀ ਆ? ਨੀ ਸੁਣਾ ਦੂੰਗੀ, ਐਡੀ ਕੀ ਕਾਹਲੀ ਪਈ, ਨਾਲੇ ਪਹਿਲਾਂ ਤੇਰੀ ਵਾਰੀ ਹੈ, ਤੇਰੇ ਵਿਆਹ ਨੂੰ ਤਾਂ 2 ਸਾਲ ਹੋ ਗਏ। ਹਾਂ ਤੈਂ ਤਾਂ ਕਰਿਆ ਨੀ ਕੁਛ ਹਜੇ ਤੱਕ। ਨੀ ਕੀ ਕਰਾਂ, ਨੀ ਸ਼ਰਾਬੀ ਪੱਲੇ ਪੈ ਗਿਆ। ਨੀ ਚੱਲ ਛੱਡ, ਖੰਡ ਦੀ ਕੌਲੀ ਵੇ ਮੈਂ ਜਾਵਾਂ, ਨੀ ਫਿਰ ਚੀ ਚੀ ਕਰੂਗਾ ਬੈਠਾ। ਠੀਕ ਹੈ ਤੂੰ ਬੈਠ, ਮੈਂ ਲੈ ਕੇ ਆਉਂਦੀ। ਲਿਆ ਜਾ ਲਿਆ। ਨੀ ਲੈ ਭੈਣੇ, ਲੈ ਜਾ ਖੰਡ। ਨੀ ਜਿੰਦਰੇ ਖੰਡ ਤਾਂ ਲੈ ਜਾਂਦੀ ਆ,
ये तू भी गेड़ा मार लिया कर साडे अन्नी कदे आऊंगी भैने टाइम ही नहीं लगता नहीं चल चंगा नहीं आ ची चंगा ठीक है चंद्री में सुनी जी ना होवे ता सारा दिन भज्जी फिरी रहती है कदे इस करे कदे उस करे हां इधर दी उधर उधर दी इधर आही काम है इहदा बस मैं किते सली मोली है मोली किथे करमस चल करे जाके सब्जी तत्ते करा के खाना जे मिलोगी भरा जय बड्डी ता कंजर तड़के तो लग जांदा 5 बजे दा लग्या डफन ना कोई काम करे ना कोई कार करे लिया पिया इने ता कंजर ने मैनू कहो जाना मत्था चुड़िया मेरा ओ तकड़ियां भाभी जी बे हां तकड़ियां ओ तनोगा किथे भेजया बे ओ तनोगे नु कड़ा मैं लावा लैण भेजया उरे ही होना किते इत्थे डफदा होना किते तड़के ते लग्या 5 बजे दा देसी दारू पी के जट बुकदा फिरे ओ तोते वांगू मिठे बेर टुकदा फिरे बे ओ आउंदा पहला पाउंदा आठे पाउंदा कंजर ओ देसी दारू पी के जट गलियां च बुकदा फिरे तोते वांगू मिठे बेर टुकदा फिरे आ मेरे सड़दा मेरे लानेदारी कोले केड़ा बैठा होए ओए सांबा साला छोले आला कर ला मिलली पाला जफ्फी इनू ओ होर भी सांबिया ओ खैर सुखा सारे ओ खैर सुखी आ भाई सुखिया की गल ਭਰਜਾਈ ਕਿਵੇਂ ਨਾਰਾਜ਼ੀ ਕਰ ਰੱਖੀ ਆ ਲਓ ਓਏ ਲੈ ਦੇ ਕੋਈ ਨਵਾਂ ਸੂਟ ਸਾਟ ਓਏ ਇਹਨੂੰ ਘੁਮਾਈ ਲਿਆ ਪਹਾੜਾਂ ਚ ਲਿਜਾ ਕੇ ਬੇ ਪਹਾੜਾਂ ਚ ਮੈਨੂੰ ਧੱਕਾ ਦੇ ਦੂ ਜਾ ਕੇ ਓਏ ਸਾਰਾ ਕੁਛ ਇਸੇ ਦਾ ਹੀ ਆ ਓਏ ਲਾਣੇਦਾਰ ਨਹੀਂ ਆ ਲਾਣੇਦਾਰ ਨਹੀਂ ਹੈਲੋ ਓ ਮਾੜੀ ਜੀ ਸਬਜ਼ੀ ਤੱਤੀ ਕਰਦੇ ਓ ਥੋੜੀ ਜਿਹੀ ਘੁੱਟ ਲਾ ਲਾਂਗੇ ਅਸੀਂ ਬੇ ਹੋਰ ਤਾਂ ਕੋਈ ਕੰਮ ਹੈ ਨਹੀਂ ਤੁਹਾਨੂੰ ਆਹੀ ਆ ਤੜਕੇ ਹੱਥ ਨੇ ਲਾ ਦੇ ਤੜਕੇ ਬੇ ਸਾਂਭਿਆ ਤੂੰ ਵੀ ਇਹਦੇ ਨਾਲ ਰਲ ਜਾਣਾ ਬੇ ਰੋਕ ਲਿਆ ਕਰ ਇਹਨੂੰ ਮੈਂ ਤਾਂ ਹੁਣੀ ਗਾਲਾਂ ਖਾ ਕੇ ਆਇਆ ਭਾਬੀ ਘਰੋਂ ਤੇਰੀ ਦਰਾਣੀ ਕਹਿੰਦੀ ਆ ਕਹਿੰਦੀ ਜੇ ਹੁਣ ਪੀਤੀ ਆ ਕਿ ਨਾ ਮੈਂ ਤਾਂ ਲੜਕੇ ਪੇਕੇ ਵਗ ਜੂ ਲਓ ਬੇ ਉਹ ਕੀ ਕਰੇ ਹੁਣ ਫਿਰ ਅੱਕ ਕੇ ਕਹਿਣਾ ਹੀ ਪੈਂਦਾ ਬੇ ਸੱਚੀ ਕੋਈ ਜੂਨ ਨਹੀਂ ਸ਼ਰਾਬੀ ਦੇ ਘਰ ਵਾਲੀ ਦੀ ਕੰਜਰੋ ਬੇ ਮੈਂ ਤਾਂ ਆਪ ਤਪੀ ਪਈ ਆ ਜੇ ਆ ਨਾ ਹਟਿਆ ਕੰਜਰ ਬੇ ਰਹਿੰਦੀ ਮੈਂ ਵੀ ਨਹੀਂ ਔਰ ਤੂੰ ਕਿਵੇਂ ਆ ਰਹੀ ਓਏ ਉਹ ਮੈਂ ਤਾਂ ਕੰਮ ਆਇਆ ਸੀ ਸੁੱਖੇ ਬਾਈ ਥੋੜੇ ਜਿਹੇ ਪੈਸੇ ਪਏ ਆ 5,000 ਲੋੜ ਪੈ ਗਈ ਯਾਰ ਪਾਲਦਾ ਝੋਟਿਆਂ ਕਰ ਲੱਸੀ ਉਹ ਮੇਰੇ ਕੋਲ ਕਿੱਥੇ ਨੇ ਨੋਟ ਯਾਰ ਮੈਂ ਤਾਂ ਆਪ ਦਾਰੂ ਮੰਗ ਮੰਗ ਕੇ ਪੀਨਾ ਤੂੰ ਮੇਰਾ ਤਾਂ ਵੀਰੇ ਦਾਰੂ ਦਾ ਮਸਾ ਚੱਲਦਾ ਆਪਣੇ ਕੋਲ ਕੋਈ ਪੈਸਾ ਨਹੀਂ ਅੱਛਾ ਚੱਲ ਚੰਗਾ ਫਿਰ ਮੈਂ ਜਾਂਦਾ ਫਿਰ ਮੈਨੂੰ ਕੰਮ ਆ ਕੋਈ ਜ਼ਰੂਰੀ ਚੱਲ ਠੀਕ ਆ ਭਾਬੀ ਫਿਰ ਬੇ ਚੰਗਾ ਆ ਜਾਣਗੇ ਮੂੰਹ ਚੱਕ ਕੇ ਜਿਵੇਂ ਬੈਂਕ ਖੋਲ ਰੱਖਿਆ ਉਹਦੇ ਜਿਹੋ ਜਿਹਾ ਆਪ ਕੰਜਰ ਉਹੋ ਜਿਹੇ ਦੇ ਯਾਰ ਕੰਜਰ ਮੰਗ ਤੇ ਕਿਸੇ ਥਾਂ ਦੇ ਮੈਨੂੰ ਕਿਹਾ ਕੁਛ ਬੇ ਪਰੇ ਕਰ ਲਾ ਸਾਰੀ ਖਾ ਗਿਆ ਨਹੀਂ ਕੰਜਰਾ ਤੈਨੂੰ ਨੀ ਕਿਹਾ ਰੱਬ ਨੂੰ ਕਿਹਾ ਮੈਂ ਤਾਂ ਬੇ ਤੈਨੂੰ ਕਹਿਣ ਦਾ ਕੀ ਫਾਇਦਾ ਬੇ ਤੈਂ ਕਿਹੜਾ ਮੇਰੀ ਸੋਨੀ ਹੈ ਕੰਜਰਾ ਚਾਹ ਖਾਣੇ ਦੇ ਨੇ ਜੂਨ ਖਰਾਬ ਕਰਕੇ ਰੱਖਤੀ ਮੇਰੀ ਮਰ ਜਾ ਡੱਫੀ ਜਾ ਸਾਰੀ ਸਬਜ਼ੀ ਖਾ ਗਿਆ ਤੇਰੇ ਕੋਲ ਬੈਠਣ ਦਾ ਤਾਂ ਕੋਈ ਫਾਇਦਾ ਨਹੀਂ ਓ ਦਲਜੀਤ ਹੈਲੋ ਆ ਥੋੜੀ ਜਿਹੀ ਸਬਜ਼ੀ ਉਹ ਤੱਤੀ ਕਰ ਦੇ
मूह छिलिया कर टमाटर खा खा के उत्तोए गर्म उत्तोए गर्म कालदार जीर दी जांदी है सुकी ते मर परे ना जाके ने बल्ली मरवाएंगा किसी दिन तेरे वीरे ने आ जाना भाई ता खेत गया घंटे तो पहला नहीं आऊंगा उन्ना चिर आप चोल मोल कर लिए मेरा शरीर ही नहीं ठीक दुखी जांदा है शरीर तो तेरा फुल वर्गा कर दूं बल्ली दलजीत कहंदी कि तेरे मुंह च निशान पए सी जे तेरा वीरा देख लेंदा जे ओ मेनू पुछदा फिर मैं की जवाब देंदी ओनू वो कह देंदी मेरे कुछ लड़ गया नाले कल गलती हो गई भाभी हुण नहीं हुंदी तू गल्लां च टाइम ना खराब करा इन्हां नूं मंगी बाई ने आ जाणा मैनू डर लगता है बल्ली पता नहीं क्यों ऐदा लगता है कि तेरे वीरे नू सब कुछ पता है कि वह जानबूझ के मेरे सामने अनजान जिहा बनिया रहिंदा है यह किवें हो सकता भाभी तेरा वहम आ तैनू कुछ कहा वीरे ने कहा तां नहीं कुछ हजे तक पर उहदे सुभा च फर्क लग्या मैनू चंगी तरह बोलदा नहीं वह पहला वांग ना वह पहला वांग गलबात करे भाभी उहदे दिमाग ते उहदी प्रॉब्लम हावी हुई हुई है ਵੀ ਜੇ ਜਵਾਕ ਨਾ ਹੋਇਆ ਤਾਂ ਲੋਕ ਕੀ ਕਹਿਣਗੇ ਮੈਂ ਤਾਂ ਕਹਿਣਾ ਛੇਤੀ ਖੁਸ਼ਖਬਰੀ ਸੁਣਾ ਦਈਏ ਸ਼ਾਇਦ ਇਹੀ ਗੱਲ ਹੋਵੇ ਇਹੀ ਗੱਲ ਪੁੱਛ ਲਈ ਬੇਸ਼ੱਕ ਨਿਕਲ ਗਿਆ ਵਹਿਮ ਚੱਲ ਹੱਸ ਕੇ ਦਿਖਾ ਹੱਸ 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 ਬੱਲੀ ਮੈਨੂੰ ਅਜੀਬ ਜਿਹੇ ਫੀਲ ਹੋਈ ਜਾਂਦਾ ਹੈ ਐ ਲੱਗਦਾ ਹੈ ਜਿਵੇਂ ਖੁਸ਼ਖਬਰੀ ਜਲਦੀ ਆਉਣ ਵਾਲੀ ਹੋਵੇ ਸੱਚੀ ਬਾਬੀ ਉਹ ਵੈਰੀ ਗੁੱਡ ਇਸੇ ਦਿਨ ਦਾ ਤਾਂ ਇੰਤਜ਼ਾਰ ਸੀ ਹੁਣ ਮੇਰੀ ਗੱਲ ਧਿਆਨ ਨਾਲ ਸੁਣ ਜਦ ਤੂੰ ਤੇ ਵੀਰਾ ਰਾਤ ਨੂੰ ਸੌਂਗੇ ਉਹਨੂੰ ਰੱਜ ਕੇ ਪਿਆਰ ਕਰੇ ਤਾਂ ਕਿ ਉਹਨੂੰ ਲੱਗੇ ਵੀ ਉਸੇ ਦਾ ਅੰਸ਼ ਹੈ ਸਮਝੀ ਉਹਨੂੰ ਉਦੋਂ ਬਾਅਦ ਦੱਸੀ ਸਾਰੀ ਖੁਸ਼ਖਬਰੀ ਕਿੰਨਾ ਚਲਾਕ ਹੈ ਨਾ ਤੂੰ ਭਾਬੀ ਤੂੰ ਮੇਰੇ ਰਿਸ਼ਤੇ ਬਾਰੇ ਕਰੀ ਕੋਈ ਗੱਲ ਨੀ ਹੁਣ ਕੀ ਲੋੜ ਹੈ ਤੈਨੂੰ ਹੈ ਮੈਂ ਨੀ ਕਰਾਉਂਦੀ ਤੇਰਾ ਕਿਤੇ ਰਿਸ਼ਤਾ ਹੈ ਜੇ ਕਿਤੇ ਹੋਰ ਵੀ ਹੋਣ ਲੱਗਿਆ ਨਾ ਮੈਂ ਭਾਨੀ ਮਾਰ ਦੇਣੀ ਹੈ ਮੈਂ ਨੀ ਵੰਡ ਸਕਦੀ ਹੁਣ ਤੈਨੂੰ ਉਹ ਮੈਂ ਕਿਹੜਾ ਕਰਾਉਣ ਲੱਗਿਆ ਮੈਂ ਤਾਂ ਹੱਸਦਾ ਸੀ ਵੀ ਦੇਖਾਂ ਤੂੰ ਕੀ ਕਹਿਣੀ ਆ ਚੱਲ ਹੁਣ ਉੱਠ ਜਾ ਬਾਹਰ ਮੈਂ ਆਉਂਦੀ ਹਾਂ ਮੈਂ ਕੱਪੜੇ ਚੇਂਜ ਕਰਨੇ ਆ ਜੀ ਨਹੀਂ ਕਰਦਾ ਜਾ ਜਾਣਾ ਕਿ ਨਹੀਂ ਕਿੰਨਾ ਬਦਮਾਸ਼ ਹੈ ਤੂੰ ਮਰ ਮੁਸ਼ਕ ਮਾਰਦਾ ਕੰਜਰ ਚੋਂ ਮੁਸ਼ਕ ਮੇਰੇ ਚੋਂ ਮੇਰੀ ਗੱਲ ਸੁਣ ਕੰਨ ਖੋਲ ਕੇ ਜਾਂ ਮੈਨੂੰ ਛੱਡ ਦੇ ਜਾਂ ਦਾਰੂ ਛੱਡ ਦੇ ਕਿਵੇਂ ਕੰਜਰ ਨੇ ਲਿਆ ਪਿਆ ਮੈਨੂੰ ਓ ਲੈ ਦਲਜੀਤ ਤੈਂ ਅੱਜ ਸ਼ਰਾਬੀ ਬੰਦੇ ਦੀ ਅਣਖ ਜਗਾਤੀ ਅਣਖ ਜਗਾਤੀ ਅਣਖ ਤੇਰੀ ਲੱਜ ਤੋਂ ਬਾਅਦ ਤੈਨੂੰ ਛੱਡਿਆ ਤੈਨੂੰ ਛੱਡਿਆ ਮੈਂ ਮਰ ਗਈ ਵੀ ਆਖੀ ਕਿਹਾ ਓਏ ਕੀ ਹੋ ਗਿਆ ਉਹ ਦਾਰੂ ਛੱਡੀ ਦਾਰੂ ਦਾਰੂ ਤੈਨੂੰ ਮੈਂ ਛੱਡਦਾ ਕਿ ਮੇਰੇ ਕੁਕਲੋ ਮੁਕਲੋ ਪਰੇ ਮਰ ਗੁੱਸੇ ਕਾ ਤੋ ਹੁੰਨੀ ਹੈ ਮੇਰੀ ਕੁਕਲੋ ਮੁਕਲੋ ਪਰੇ ਹੋ ਜਾ ਸਾਰਾ ਦਿਨ ਨਾ ਕੰਮ ਕਾਰ ਕਰਦੀ ਰਹਿਣੀ ਆ ਉਹ ਕਦੇ ਮੇਰੇ ਵਾਸਤੇ ਵੀ ਟਾਈਮ ਕੱਢ ਲਿਆ ਕਰ ਕੱਟ ਲਿਆ ਕਰ ਤੇਰੇ ਵਾਸਤੇ ਟਾਈਮ ਵੀ ਅੱਜ ਆ ਚੰਦ ਕਿਵੇਂ ਚੜਿਆ ਆ ਬੜਾ ਠਰਕਪੁਣਾ ਬਾਹਰ ਆਉਂਦਾ ਅੱਜ ਤੇਰੇ ਮੈਨੂੰ ਤਾਂ ਲੱਗਦਾ ਕੰਜਰ ਨੇ ਫਿਲਮ ਫੁਲਮ ਦੇਖ ਲਈ ਕੋਈ ਵੇ ਜਾ ਉਦਾਂ ਹੀ ਜ਼ਮੀਰ ਜਾਗ ਪਈ ਤੇਰੀ ਕੰਜਰਾਂ
मैं सोचा अज जद सुरफे दे लाट वर्गी घरली होवे दारू च की रखा आहो अज तो दारू छड़ती आपां ने अज तो बस सारा फोकस ना तेरे ते रखना मेरी खंड परे मरता जाना उत्ते चढ़िया हुंदा मुश्क दा कर बे अज दिन किधरों चढ़ा आया और दिन तो उधर ही चढ़िया जिधरों रोज चढ़ता अज ना मैं तेनू दिने ही तारे दिखाऊंगा जान गया तेनू तारे दिखाउणा लेनू बे परे दफे हो मैनू एक गल दस वे ना रात नू कित्थे उजड़िया हुन्ना ना दिने तेनू इश्क चढ़िया आउंदा परे हो जा बह जा जाके ओ गहां केड़ा जवाक सुणदे नू रे गुस्से खा तो हुन्निया दलजीत यार की गल तड़की तड़के लड़ी जाने हो ऐसी कसर रही सी रात की हजे उतरी नहीं सुख्या क्यों यार भरजाई नाराज करके रखना तू खुश रखिया कर ये तो देवियां होंदिया ने देवियां ओदा ही यार थोड़ा जा बस गर्म हो जाती है ओ तेरी भरजाई नू मनाउण दी कोशिश कर दा मेरी गल नहीं सुनती यार मैं तेनू ये कहा भी पानी तत्ता कर दे कहती ठंडे नाले नाला तेरे केड़ा हड गोडे जुड़ते ने कर दे भरजाई पानी तत्ता की पता पानी तत्ते ना नहा के ये भी तत्ता हो जाए बे बह जावे टेके परे मर की मतलब तेरा की मतलब कहन दा है ना मैं ठंडा हाथ ला के देख हाथ हीटर मंगू कर मैं असला टिड्डू जिया ओ गल कस तो पहना मैं तो तेनू हसदा ती यार ऊई बस ओ तू तो ऊई पतंदरा दिल ते ला लैंदा गल ओ मैं तो तेरे फायदे दी गल कीती आ ओ मेरी गल सुन सुखिया जमा सिरे दी खबर कढ़ी आ ओ बल्ली ते जिंदर दी पक्की घाटी आ मैं मर गई हेलो यार सांबे वास्ते चार कप बना करा राजा नाले पानी दत्ता कर दी मेरे वास्ते हेलो ओ दलजीत हाय हुण दस ओए साला तेनू शर्म नहीं हैगा मेरी घरवाली सामने मरवाएगा मैनू ओए हुण दस भी आपां मंगी दे हत्थों मरवाईए बल्ली नूं जा फिर आपां मारीए ओ बल्ली तां मरूगा ना लगूगा मंगी दा दोने खत्म दी एंड उस तो बाद जिंदर रह जूगे कले ओ पर कले नहीं रहन देनी ओए पूरा ख्याल रखांगे तू दियोर मैं जेठ पमे सरीके जो सही की गेना केंजरा ओ आरे आरे तू चा पाक पंच अब फड़ी हो एक गिरे केंजरा गिरी ना जावा बे बल्ली मैं थोड़े कन्नी आउंदी थी बे कोई जरूरी काम थी ना जिधर करी या की गल भाभी बड़ी घबराई हुई लग रही है ओ खैर सुखा ब्याहो खैर सुखा बस कोई जरूरी काम थी हाँ भाभी तो करी है चल चंगा मैं जाके आनी हाँ जाया कोई तो गल है बल्ली पता तो करा भी की खिचड़ी पकारी है ये एवें इन्ने गेड़े तो यह लाने ने कोई तो गल है हमने देखता जाके है दलजीत भैन हां भैने कर रही हाँ आ जा नी जिंदरे हां नी मैं तो तेरे ना गल करनी थी हां दसो
निकरे गल्लां सुन के आई हां। नी कहिंदे तू ते बल्ली दी आई हां। नी भैणे आ की बोली जांदी है, केड़ा कंजर कहिंदा है? ओदां ही नी सारे लोग ही कही जांदे आ। नी मैं केड़ा कल्ली कहिनी आ। नी तेरा भाई कहिआ सी अज हट ते। नी करोड़ी दी दुकान ते गल्लां हुंदियां सी। कोई गल नहीं, मैं दसदी हाँ सारा कुछ। केड़ा साला गल्लां करदा है? नहीं चल चंगा भैने, मैं ता तेरे कोले ढिड हौला करन आई थी। नहीं मैं ता तेनू दसन आई थी। मेरा साला केड़ा गल्लां करदा करोड़ी दी हट्टे? एदी मैं लै लां भैन ना फिर एदी ना जरूर सुखे की कारस्तानी है। अज मेरे साल दे सच खड़ के चांडे लाने पड़ गए। की गल है, की सोची जाने हो? जिंदर मैं सोचदा जे मेरी प्रॉब्लम करके बच्चा ना होया फिर। जी हो जू जी, तुसी आप दा वधिया इलाज करवाओ। नाले हुण तां तुसी पहला नालो काफी ठीक लगदे हो। जिंदर मेरी गल सुन नाले, बल्ली दा मंगना मुंगना करा दिए, गलियां फिर जांदा वारा। कर दांगे, की काली पई है, मौजां कर लैण दो उहनूं। व्याह तो बाद तां सौ स्यापे हुंदे ने। तो करी दी गल। कर लूंगी हां। इधर उधर दियां गल्लां करके ना तुसी मेरा टाइम ना खराब करो। आज मैं प्यार करन दे मूड च हां पूरी। नाले पता लग जू जेड़ी दवाई तुसी ले रहे हो ना ओदा किन्ना का असर हो रहा है। जिंदर किन्ना मोह कर दिया तू मेरा। यार तुसी भी ता कर दे हो ना मेरा। तुसी किड़ा नहीं कर दे मेरा। हां एक गल कहां, मेरा जी करदा है कि तुसी अज मेनू रज रज के प्यार करो। हांजी जदो अपने अन्ने दिन मेल नहीं होंदा ना मैनू चंगा नहीं लगदा। मैं भी जरा जरा चके तेरे प्यार दा निगा माणूंगा। ले आए गोली? हाँ बन गई चा। हाँ जी बस बन रही है। ओ देखो बल्ली भी आ गया। ओके मैं भाभी चाह बनाने लग रही है। हाँ। मेरे वास्ते भी कर दे दुद्ध गर्म। ठीक है। 10-12 अंडे बाल दी। अज रेस ला के बड़ा जोर लग गया। हाँ बल्ली हुण तां तू सोहणी रेस कढ़न लग गया। भर्ती आ रही है, मैं तां कहना मार ला ट्राई तू भी। ओ बस भाई मैं तां इत्थे ठीक हां। आ सरकारी नौकरियां वास्ते थब्बा नोटा का चाहिए तो उत्तों किसी सरकारी लीडर की सिफारिश। आ लीडर ने तो हूँ ही मत्थे लगन जी नहीं करता। आ अपने पिंड वोटा मंगना आए थे, लोगों ने गड्डी तोड़ तोड़ के ना फीटर रेड़ा बनाता है, हूँ लोग स्याणे हो गए। सही है तेरी गल, लीडर के अफसर के कोटे नहीं खत्म होंगे है। आम लोगों तक तो सरकारी नौकरियां पहुंचती नहीं है भाई। हाँ भाई सही गल है। भाभी हाँ मेरे वास्ते कर दी अंडे गर्म है। ठीक है बन गई चाह? हाँ हाँ बस बन गई। बल्ली चाह पी लेना भाई अले आ पाके। ठीक है। गए सी डॉक्टर कोल? की कहंदा? हाँ गया थी। हाँ टेस्ट करे ने। अच्छा बाकी रिपोर्ट आई तो पता लगू। ठीक है। भाभी करता मेरा दुद्ध गर्म? हाँ हाँ कर दिया, पहला ना आता ले। हाँ नाओ ना। बल्ली चाह पी ला। तू ही पी ला चाह, मैं तो दुद्ध पीऊं। ठीक है मैं भी एदा दुद्ध गर्म करके आंदी हूँ। कर दे मंगी सिया, पहला तो मैनू गल्ला शक थी हुण मैनू थोड़ा थोड़ा यकीन होंदा जांदा। जिंदर दा बल्ली वाले ना चुका।
इस गल वाल इशारा करता कि कोई ना कोई चक्कर है। थक गए है ना? जी नहीं पर हाले। कोई ना, फिर केड़ा नहीं रात आनी, बाकी प्यारो दो कर लेंगे, समझे? मिंता लगता है दवाई दा असर हो गया लगता है। हाँ हो सकता। अच्छा कुट के जफ्फी दा पाए का? एनिया तो जफ्फियां पाईयां सी राती, रज्जे नहीं अजे तक। मैं क्या जी सुन दे हो? मैनू तो अजीब जिहा लगी जांदा है, जी कच्चा कच्चा जा हो जांदा है, जिवें उल्टी आउण नू मन करदा होवे। हाँ सच्ची? हाँ जी। ओ मैन लगदा रब ने अपनी सुन ली इधरे, ओ तू मां बनने वाली है। हाँ हाँ बल्ली, ओ बल्ली ओए, ओ साला तेरी भाभी मां बनने वाली है छेतिया। सच्ची भाभी? ओ बल्ले आ पड़ी ना गल, हुण चलणगे मुर्गे दारू। बल्ले मैं इन्ना खुश हाँ ना, मैं तो खुशी संभाली नहीं जा रही, मेरा जी करता इस खुशी के मौके ना मैं नचा गावा भंगड़े पावा। डॉक्टर तो कहता थी तू कदे बाप नहीं बन सकता, हुण पुछो डॉक्टर नू ब्याह देख आ करता ना झंडा। एक मिनट। हेलो हांडर साहब आ गई रिपोर्ट। बल्ली मैं अज बहुत खुश हाँ, तू मैनू दुनिया की सारी खुशी देती। अच्छा भाभी। हाँ अजे तो तेन होर खुशियां देनिया ने। की मतलब? मेरा मतलब चार पांच न्याणे होर बेड़े च कुरबल कुरबल करदे फिरनगे। किन्ना बदमाश है ना तू, इको बहुत है। नहीं भाभी घट तो घट पांच चाहिए ने। खर्चा तेनू दसा मैं। ਉਹ ਸੁੱਖਿਆ ਤੂੰ ਸਾਲਾ ਇੱਥੇ ਲੰਮੀਆਂ ਤਾਣੀ ਪਿਆ ਗਾ, ਉੱਧਰ ਉਹਨਾਂ ਦੇ ਭੰਗੜੇ ਪਈ ਜਾਂਦੇ ਨੇ। ਓਏ ਕੀ ਹੋ ਗਿਆ ਓਏ? ਉਹ ਮੰਗੀ ਦੇ ਘਰੇ ਇੱਕ ਹੋਰ ਸ਼ਰੀਕ ਜੰਮਣ ਵਾਲਾ। ਓਏ ਜਿੰਦਰ ਭਾਬੀ ਪ੍ਰੈਗਨੈਂਟ ਆ, ਜਵਾਕ ਆਉਣ ਵਾਲਾ ਉਹਨਾਂ ਦੇ। ਓਏ ਕਿਵੇਂ ਜੰਮ ਜੂਗਾ ਸ਼ਰੀਕ? ਸੁੱਖਾ ਕਿਤੇ ਮਾੜੀ ਮੋਟੀ ਚੀਜ਼ ਆ, ਆਪਾਂ ਨਹੀਂ ਜੰਮਣ ਦੇਣਾ। ਓਏ ਉਹਨਾਂ ਦੀਆਂ ਖੁਸ਼ੀਆਂ ਤਾਂ ਮੈਂ ਮਾਤਮ 'ਚ ਬਦਲ ਦੂੰਗਾ। ਤੂੰ ਐਂ ਕਰ ਚੱਲ ਮੇਰੇ ਨਾਲ, ਓਏ ਆ ਬੋਤਲ ਫੜ ਲੈ, ਭੰਨਣਾ ਤਾਂ ਨਹੀਂ ਕਿਤੇ, ਇੱਕ ਆ ਬਸ। ਹਾਂ ਚੱਲ ਫਿਰ ਆ ਫੜੀ ਮਾੜਾ ਜਿਹਾ। ਚੱਲ ਓਏ ਭੈਣ ਦੀ ਲੱਕੜ, ਦੇਖ ਰਿਹਾ ਕਿਹੜਾ ਬੰਦਾ ਬੋਲ। ਹਾਂਜੀ ਡਾਕਟਰ ਸਾਹਿਬ। ਕੀ ਗੱਲ ਆ ਜੀ? ਵੀ ਮੈਂ ਕਦੇ ਪਿਓ ਨਹੀਂ ਬਣ ਸਕਦਾ? ਇੰਨਾ ਵੱਡਾ ਧੋਖਾ, ਜੇ ਮੈਂ ਪਿਓ ਨਹੀਂ ਬਣ ਸਕਦਾ ਫਿਰ ਜਿੰਦਰ ਦਾ ਪੈਰ ਭਾਰੀ ਕਿਵੇਂ ਹੋ ਗਿਆ? ਮੇਰਾ ਸ਼ੱਕ ਸਹੀ ਸੀ। ਅੱਲੀ ਮੈਨੂੰ ਤਾਂ ਖੁਸ਼ਖਬਰੀ ਦਿੰਦੀ ਸੀ ਭਾਬੀ ਬੱਚੇ ਦੀ। ਹਾਂ ਉਹ ਤਾਂ ਖੁਸ਼ਖਬਰੀ। ਚੁੱਪ, ਬਿਲਕੁਲ ਚੁੱਪ। ਬੱਲੀ ਓਏ ਤੂੰ ਮੇਰੀ ਬੁੱਕਲ 'ਚ ਵੱਡਾ ਹੋ ਕੇ ਮੈਨੂੰ ਡੰਗ ਮਾਰਿਆ। ਓਏ ਮਰ ਕਿਉਂ ਨਹੀਂ ਗਿਆ ਤੂੰ? ਤੈਨੂੰ ਦੇਖ ਕੇ ਇੰਜ ਲੱਗਦਾ ਜਿਵੇਂ ਮੈਂ ਅੱਜ ਤੱਕ ਸੱਪ ਨੂੰ ਦੁੱਧ ਪਿਆ ਰਿਹਾ ਹੋਵਾਂ, ਤੇ ਸੱਪ ਵੀ ਉਹ ਜਿਹਨੇ ਆਪਣਾ ਸਗਾ ਭਰਾ ਨਹੀਂ ਬਖਸ਼ਿਆ। ਬੱਲੀ ਭੁੱਕਣ ਦਾ ਸੱਪ ਹੈ ਤੂੰ, ਭੁੱਕਣ ਦਾ। ਖੜ ਜਾ, ਤੈਨੂੰ ਨੀ ਅੱਜ ਛੱਡਦਾ। ਤੈਂ ਮੇਰੀ ਇੱਜ਼ਤ ਨੂੰ ਹੱਥ ਪਾਇਆ, ਤੇਰੇ ਮੈਂ ਟੋਟੇ ਟੋਟੇ ਕਰ ਦੂੰ।
की करन लगे हो पागल हो गए तुसी कोई अपने सके भरा नु मारदा है ओए प्राणी सप है सप पुकल दा सप शक ता मेनू ओदे हो गया थी जिदे तू कुंडा लाई पई थी अज जद डॉक्टर दा फोन आया ता ओदी गल सुन के मेरे पैर हेठों जमीन निकल गई जद उन्हें ऐ कहा भी तू तो कदे प्यो नहीं बन सकता फिर मैं सोचा जद मैं प्यो नहीं बन सकता फिर यह बच्चा की दा मैं दसदी हाँ यह बच्चा की दा है यह बच्चा बली दा है थोड़े तो जवाक होने नहीं सी की कर दी मैं दसो की कर दी मैं लोका तो बांझ नहीं अखवा सकती सी खुद नू मंगी भाई मैं जो कुछ भी कीता अपने घर वास्ते कीता अपनी जमीन वास्ते कीता अपने वंश वास्ते कीता नाले लोकां दी नजरां विच इह बच्चे दा प्यो तू ही होएगा सोच जदों लोकां ने तैनूं ताने मिणे मारने तां तेरे दिल ते की बीती आ लोकां दे ताने मिणे सुन सुन तू तां आत्महत्या ही कर लैणी सी मैं इस गल तो डरते मारे ना कि भाई तू साढ़े तो दूर ना हो जाए मैनू ये कदम चुकना पिया मैं मानता मेरी गलती है हुण तू जो सजा देनी है मैनू दे सकना जे तू मेरा गल बढ़ना चाहना अब मार मेरे बढ़ते मेरा गल मैं तेरा कसूरवार है ओए रब्बा